ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਜੀ ਅਸਲਾਮੁਅਲੈਕੁਮ ਰਹਿਮਤੁਲਲਾਹ ਮੈਂ ਉਮੀਦ ਕਰਦੀ ਹਾਂ ਤੁਸੀਂ ਸਭ ਵਧੀਆ ਹੋਵੋਗੇ ਜੀ ਅੱਜ ਮੈਂ ਲੈ ਕੇ ਆਈ ਹਾਂ ਤੁਹਾਡੇ ਸਭ ਵਾਸਤੇ ਬਹੁਤ ਹੀ ਮਜ਼ੇਦਾਰ ਜੀ ਰੈਸਪੀ ਅੱਜ ਆਪਾਂ ਬਣਾਵਾਂਗੇ ਜੀ ਬ੍ਰੈਡ ਪਕੌੜਾ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਜਿਹਨੂੰ ਵੇਖ ਕੇ ਜੀ ਸਭ ਦੇ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਜੀ ਇਹ ਬਣ ਜਾਂਦਾ ਹੈ ਤੇ ਬਹੁਤ ਹੀ ਵਧੀਆ ਲੱਗਦਾ ਹੈ ਤੇ ਇਹਦੇ ਵਾਸਤੇ ਸਾਨੂੰ ਸ਼ਾਇਦ ਕੋਈ ਮੁਸ਼ਕਿਲ ਨਹੀਂ ਚਾਹੀਦੀਆਂ ਸਿਰਫ ਘਰ ਵਿੱਚ ਹੀ ਜਿਹੜੀਆਂ ਚੀਜ਼ਾਂ ਰੱਖੀਆਂ ਹੋਈਆਂ ਉਹਦੇ ਨਾਲ ਹੀ ਆਪਾਂ ਇਹਨੂੰ ਅੱਜ ਬਣਾਵਾਂਗੇ ਤੇ ਇਹਦੇ ਵਾਸਤੇ ਜਿਹੜੀਆਂ ਸ਼ਾਇਦ ਮੈਂ ਲਈਆਂ ਜੀ ਮੈਂ ਬੇਸਨ ਲੈ ਲਿਆ ਇੱਕ ਪਾਓ ਬੇਸਨ ਲਿਆ ਸੀ ਨਾਲ ਜੀ ਮੈਂ 1/2 ਕਿਲੋ ਆਲੂਏ ਇਹਨਾਂ ਨੂੰ ਮੈਂ ਬੋਇਲ ਕਰ ਲਿਆ ਹੈ ਤੇ ਨਾਲ ਸਾਨੂੰ ਜਿਹੜੇ ਮਸਾਲੇ ਚਾਹੀਦੇ ਆ ਤੁਸੀਂ ਵੇਖ ਲਓ ਨਮਕ ਲਿਆ ਹੈ ਹਲਦੀ ਲਈ ਦੜਦਰੀ ਮਰਚ ਲਈ ਹੈ ਕਾਲੀ ਮਰਚ ਲਈ ਹੈ ਦਨੀਆ ਪਾਊਡਰ ਲਿਆ ਨਾਲ ਜੀ ਅੰਮੇ ਮਸਾਲਾ ਸਾਬਤ ਮਸਾਲਾ ਲਿਆ ਨਾਲ ਸਾਨੂੰ ਚਾਹੀਦਾ ਜੀ ਹਰਾ ਧਨੀਆ ਬਹੁਤ ਹੀ ਵਧੀਆ ਲੱਗਦਾ ਇਹਦੇ ਵਿੱਚ ਨਾਲ ਸਾਨੂੰ ਚਾਹੀਦੇ ਜੀ ਬ੍ਰੈਡ ਇਹ ਬਹੁਤ ਹੀ ਵਧੀਆ ਬੰਦਾ ਹੈ ਤੇ ਬਹੁਤ ਹੀ ਅੱਛਾ ਲੱਗਦਾ ਹੈ ਸਭ ਤੋਂ ਪਹਿਲਾਂ ਜੀ ਅਸੀਂ ਆਲੂ ਜੜੇ ਨਾ ਉਹਨਾਂ ਨੂੰ ਮੈਸ਼ ਕਰ ਲੈਣਾ ਇਦਾਂ ਹੱਥ ਨਾਲ ਹੀ ਤੁਸੀਂ ਅਗਰ ਤੜਕੂ ਦੂਸਰੀ ਕੋਈ ਚੀਜ਼ ਹੈਗੀ ਉਹਦੇ ਨਾਲ ਤੁਸੀਂ ਕਾੜ ਲਓ ਇਦਾਂ ਜੀ ਮੈਂ ਸਾਰੇ ਆਲੂ ਜੜੇ ਨਾ ਉਹ ਮੈਸ਼ ਕਰ ਲਿਆ ਵਧੀਆ ਜੇ ਕੋਈ ਲਮਸ ਨਾ ਰਵੇ ਹੁਣ ਜਿਹ ਰੱਖੇ ਹੋਏ ਉਹ ਵਿੱਚ ਜਿਹੜੇ ਆ ਨਾ ਅਸੀਂ ਸ਼ਾਮਿਲ ਕਰ ਦੇਣੀ ਆ ਸਾਰੇ ਤੁਸੀਂ ਆਪਣੇ ਜ਼ਾਇਕੇ ਦੇ ਮੁਤਾਬਕ ਜਿੰਨੀਆਂ ਚੀਜ਼ਾਂ ਤੁਸੀਂ ਲੈਣੀਆਂ ਚਾਹੋ ਨਾ ਉਹਨਾਂ ਦੀ ਮਿਕਦਾਰ ਘਟੋ ਕਰ ਸਕਦੇ ਹੋ ਜਾਂ ਫਿਰ ਵਧਾ ਸਕਦੇ ਹੋ ਆਪਣੇ ਜ਼ਾਇਕੇ ਦੇ ਮੁਤਾਬਕ ਤੁਸੀਂ ਵਿੱਚ ਸ਼ਾਮਿਲ ਕਰ ਲਓ ਠੀਕ ਆ ਤੇ ਨਾਲ ਜੀ ਇਹਨਾਂ ਸਾਰਿਆਂ ਨੂੰ ਇਸ ਮਸਾਲੇ ਨੂੰ ਸ਼ਾਮਿਲ ਕਰਕੇ ਤੰੀਆਂ ਨੂੰ ਸ਼ਾਮਿਲ ਕਰਕੇ ਅਸੀਂ ਸਾਰਾ ਜਿਹੜਾ ਮਸਾਲਾ ਨਾ ਮਿਕਸ ਕਰ ਲੈਣਾ ਹੈ ਆਲੂਆਂ ਦੇ ਨਾਲ ਜਿਹੜਾ ਵਧੀਆ ਜਿਹੜਾ ਸਾਡਾ ਨਾ ਅੱਜ ਦਾ ਮਸਾਲਾ ਜਿਹੜਾ ਤਿਆਰ ਹੋ ਜਾਏ ਬ੍ਰੈਡ ਪਕੌੜੇ ਦੇ ਵਿੱਚ ਅਸੀਂ ਲਗਾਣਾ ਹੈ ਤੇ ਸਾਰੇ ਮਸਾਲੇ ਤੁਸੀਂ ਆਪਣੇ ਜ਼ਾਇਕੇ ਦੇ ਮੁਤਾਬਕ ਹੀ ਵਿੱਚ ਸ਼ਾਮਿਲ ਕਰ ਲੈਣ ਜੀ ਦੇਖੋ ਤੁਸੀਂ ਮਾਸ਼ੱਲਾਸੀ ਬਹੁਤ ਵਧੀਆ ਜੈ ਇਹਨਾਂ ਨੂੰ ਮਿਕਸ ਕਰ ਲਿਆ ਹੈ ਤੇ ਨਾਲ ਜੀ ਹੁਣ ਤੁਸੀਂ ਇਦਾਂ ਬ੍ਰੈਡ ਲਈ ਜਾਨੇ ਤੇ ਇਹਦੇ ਉੱਪਰ ਜੀ ਇਦਾਂ ਤੁਸੀਂ ਅਸੀਂ ਆਲੂ ਦਾ ਜਿਹੜਾ ਮਸਾਲਾ ਬਣਾਇਆ ਹੈ ਇਹਨੂੰ ਇਦਾਂ ਲਗਾ ਦੇਣਾ ਇਹਦੇ ਉੱਪਰ ਇਹ ਤੁਸੀਂ ਆਪਣੇ ਜੀ ਆਪਣੀ ਮਰਜ਼ੀ ਦੇ ਮੁਤਾਬਕ ਥੋੜਾ ਵੀ ਲਾਣਾ ਚਾਹੋ ਥੋੜਾ ਲਗਾ ਲਓ ਜਾਂ ਫਿਰ ਅਗੇ ਤੁਸੀਂ ਜ਼ਿਆਦਾ ਲਗਾਣਾ ਚਾਹੋ ਇਹ ਚਾਹ ਆਲੂ ਦਾ ਮਸਾਲਾ ਤੇ ਜ਼ਿਆਦਾ ਹੀ ਲਗਾ ਲਓ ਠੀਕ ਆ ਇਦਾਂ ਅਸੀਂ ਤਰੀਕੇ ਦੇ ਨਾਲ ਜੀ ਅਸੀਂ ਲਗਾ ਕੇ ਵਿੱਚ ਤੇ ਇੱਕ ਬ੍ਰੈਡ ਲੈ ਕੇ ਇਹਨੂੰ ਇਹਦੇ ਉੱਪਰ ਇਸ ਤਰ੍ਹਾਂ ਅਸੀਂ ਦਬਾ ਦੇਣਾ ਰੱਖ ਕੇ ਅਜੀ ਤਰਾ ਇਦਾਂ ਹੀ ਸਾਰੇ ਜਿਹੜੇ ਅਸੀਂ ਬ੍ਰੈਡ ਤਿਆਰ ਕਰ ਲੈਣੇ ਆ। ਇਸੇ ਤਰੀਕੇ ਨਾਲ ਫਿਰ ਅਸੀਂ ਇਦਾਂ ਹੀ ਆਲੂ ਦਾ ਮਸਾਲਾ ਜਿਹੜਾ ਹੈ ਨਾ ਉਹ ਉੱਪਰ ਲਗਾਵਾਂਗੇ। ਮਾਸ਼ੱਲਾਹ ਬਹੁਤ ਹੀ ਵਧੀਆ ਬੰਦੇ ਆ। ਜ਼ਾਇਕਾ ਵੀ ਬਹੁਤ ਵਧੀਆ ਹੁੰਦਾ ਹੈ ਇਹਦਾ ਕ੍ਰਿਸਪੀ ਵੀ ਬਹੁਤ ਵਧੀਆ ਹੁੰਦੇ ਆ ਤੇ ਮਾਸ਼ੱਲਾਹ ਬੱਚੇ ਬੜੇ ਸ਼ੌਕ ਦੇ ਨਾਲ ਖਾ ਲੈਂਦੇ ਆ। ਇਹਨੂੰ ਇਦਾਂ ਹੀ ਜੀ ਅਸੀਂ ਤਿਆਰ ਕਰ ਲੈਣਾ ਹੈ। ਇਦਾਂ ਹੱਥ ਨਾਲ ਤੁਸੀਂ ਦਬਾ ਦਿਓ। ਮਾਸ਼ੱਲਾ ਬਹੁਤ ਹੀ ਮਜ਼ੇਦਾਰ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਇਹ ਬਣ ਜਾਂਦੇ ਆ ਇਦਾਂ ਹੀ ਜੀ ਮੈਂ ਸਾਰੇ ਜਿਹੜੇ ਬ੍ਰੈਡ ਦੇ ਉੱਪਰ ਲਗਾ ਕੇ ਮਾਸ਼ੱਲਾ ਇਦਾਂ ਹੀ ਤਿਆਰ ਕਰ ਲਿਆ ਇਹਨਾਂ ਨੂੰ ਇਦਾਂ ਸਾਰਿਆਂ ਨੂੰ ਮੈਂ ਇੱਕ ਮਸਾਲਾ ਲਗਾ ਕੇ ਆਲੂ ਦਾ ਤਰਖ ਰਿਹਾ ਹਾਂ ਹੁਣ ਜੀ ਜਿਹੜਾ ਸੀ ਬੇਸਨ ਤਿਆਰ ਕਰਨਾ ਉਹਦੇ ਵਿੱਚ ਤੁਸੀਂ ਨਮਕ ਥੋੜਾ ਸ਼ਾਮਿਲ ਕਰੋ ਨਾਲ ਹੀ ਤੁਸੀਂ ਸ਼ਾਮਿਲ ਕਰ ਦਿਓ ਦਰਦਰੀ ਮਰਚ ਇੱਕ ਚਮਚ ਜਣਾਣਾ ਛੋਟਾ ਚਮਚ ਵਿੱਚ ਸ਼ਾਮਿਲ ਕੀਤਾ ਨਾਲ ਤੁਸੀਂ ਜਿਹੜਾ ਨਾ ਛੋਟਾ ਚਮਚ ਹਲਦੀ ਦਾ ਸ਼ਾਮਿਲ ਕਰ ਦਿਓ ਠੀਕਾ ਇਹਨਾਂ ਸਾਰੇ ਨੂੰ ਮਿਕਸ ਕਰਕੇ ਤੇ ਜੇ ਅਸੀਂ ਨਾ ਬੇਸਨ ਦਾ ਜਿਹੜਾ ਮਸਾਲਾ ਨਾ ਉਹ ਵੀ ਤਿਆਰ ਕਰ ਲੈਣਾ ਇਹਨੂੰ ਜ਼ਿਆਦਾ ਤੁਸੀਂ ਨਾ ਥੋੜਾ ਥੋੜਾ ਪਾਣੀ ਕਰਕੇ ਸ਼ਾਮਿਲ ਕਰਨਾ ਇੱਕ ਦਫਾ ਨਹੀਂ ਸਾਰਾ ਪਾਣੀ ਸ਼ਾਮਿਲ ਕਰ ਦੇਣਾ ਥੋੜਾ ਥੋੜਾ ਕਰਕੇ ਵਿੱਚ ਤੁਸੀਂ ਪਾਣੀ ਸ਼ਾਮਿਲ ਕਰਨਾ ਠੀਕ ਹੈ ਤੇ ਜ਼ਿਆਦਾ ਨਹੀਂ ਐਸਾ ਐਸਾ ਨਾ ਇਸੇ ਨੂੰ ਜ਼ਿਆਦਾ ਗਾੜਾ ਕਰਨਾ ਹੈ ਤੇ ਨਾ ਹੀ ਨੂੰ ਜ਼ਿਆਦਾ ਸੀ ਪਤਲਾ ਰੱਖਣਾ ਇਸ ਤਰੀਕੇ ਨਾਲ ਜੀ ਮਸਾਲੇ ਵੀ ਸਾਰੇ ਮਿਕਸ ਹੋ ਜਾਣ ਅਲਹਮਦੁਲਿਲਾ ਇਹਨੂੰ ਜੀ ਅਸੀਂ ਬਣਾ ਲਿਆ ਹੈ ਇਸ ਤਰੀਕੇ ਨਾਲ ਨਾ ਜ਼ਿਆਦਾ ਪਤਲਾ ਹੈ ਤੇ ਨਾ ਹੀ ਜ਼ਿਆਦਾ ਗਾੜਾ ਹੈ ਇਦਾਂ ਦਾ ਹੀ ਬਸ ਇਸ ਤਰੀਕੇ ਦਾ ਹੀ ਸਾਨੂੰ ਚਾਹੀਦਾ ਹੁਣ ਤੁਸੀਂ ਇਦਾਂ ਬ੍ਰੈਡ ਲੈਣਾ ਇਹਦੇ ਦੋ ਹਿੱਸੇ ਕਰ ਲੈਣੇ ਨੇ ਅਗਰ ਤੁਸੀਂ ਪੂਰਾ ਰੱਖਣਾ ਚਾਹੋ ਤਾਂ ਤੁਸੀਂ ਪੂਰਾ ਵੀ ਰੱਖ ਲਓ ਤੇ ਇਦਾਂ ਤੁਸੀਂ ਜਿਸ ਤਰ੍ਹਾਂ ਸੈਂਡਵਿਚ ਦਾ ਇੱਕ ਸ਼ੇਪ ਹੁੰਦੀ ਹੈ ਨਾ ਸੈਂਡਵਿਚ ਦਾ ਇਸ ਤਰ੍ਹਾਂ ਬਣਾਈਦਾ ਸੀ ਉਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਕੱਟ ਲਓ ਨਾ ਹਲਕਾ ਜਿਹਾ ਤੁਸੀਂ ਜ਼ਿਆਦਾ ਜ਼ੋਰ ਨਹੀਂ ਕਿਉਂਕਿ ਬ੍ਰੈਡ ਬਹੁਤ ਜ਼ਿਆਦਾ ਨਰਮ ਹੁੰਦਾ ਹੈ ਨਾ ਤੇ ਟੁੱਟ ਜਾਂਦਾ ਬਹੁਤ ਜਲਦੀ ਤੇ ਇਦਾਂ ਤੁਸੀਂ ਸਾਰੇ ਨੂੰ ਮੈਂ ਤਿਆਰ ਕਰਕੇ ਰੱਖ ਲਿਆ ਹੁਣ ਇਹਨਾਂ ਨੂੰ ਜੀ ਮੈਂ ਇਹਦੇ ਵਿੱਚ ਡਿਪ ਕਰਕੇ ਨਾਲ ਹੀ ਜਿਹੜਾ ਨਾ ਤੁਸੀਂ ਕਿਉ ਗਰਮ ਕਰਨ ਵਾਸਤੇ ਰੱਖ ਦੇਣਾ ਹੈ ਤਾਕਿ ਉਹ ਵੀ ਥੋੜਾ ਗਰਮ ਹੋ ਜਾਏ ਨਾਲ ਇਦਾਂ ਜੀ ਤੁਸੀਂ ਬ੍ਰੈਡ ਲੈਣਾ ਹੈ ਇਹਨੂੰ ਬੇਸਨ ਦੇ ਵਿੱਚ ਇਦਾਂ ਲਗਾਉਣਾ ਹੈ ਮਾਸ਼ਾਅੱਲਾ ਜੀ ਬਹੁਤ ਹੀ ਆਸਾਨ ਤਰੀਕਾ ਹੈ ਨਾਲ ਹੀ ਤੁਸੀਂ ਜਿਹੜਾ ਹੈ ਨਾ ਕੜਾਈ ਦੇ ਵਿੱਚ ਜਿਹੜਾ ਰੱਖੀ ਜਾਣਾ ਹੈ ਘਿਓ ਦੇ ਵਿੱਚ ਆਇਲ ਵੀ ਤੁਸੀਂ ਲੈ ਸਕਦੇ ਹੋ ਤੇ ਮੈਂ ਜ਼ਿਆਦਾਤਰ ਕਿਉਂ ਹੀ ਸ਼ਾਮਿਲ ਕਰਦੀ ਆ ਇਦਾਂ ਤੁਸੀਂ ਮਾਸ਼ਾਅੱਲਾ ਜੀ ਇਦਾਂ ਸਾਰੇ ਸ਼ਾਮਿਲ ਕਰੀ ਜਾਣੇ ਤੁਸੀਂ ਇਹਨਾਂ ਨੂੰ ਫਰਾਈ ਕਰ ਲੈਣਾ ਸੀ ਬਿਸਮਿਲਲਾਹਿ ਰਹਿਮਾਨ ਰਹਿੀਮ ਬਹੁਤ ਹੀ ਬਹੁਤ ਹੀ ਜੀ ਵਧੀਆ ਬੰਦਿਆ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤੁਸੀਂ ਇਦਾਂ ਹੌਲੀ-ਹੌਲੀ ਜੀ ਇਹਨਾਂ ਨੂੰ ਹਲਾਈ ਜਾਣਾ ਹੈ ਇੱਕ ਸਾਈਡ ਤੋਂ ਵਧੀਆ ਜੇ ਸੁਨਹਿਰੀ ਬ੍ਰਾਊਨ ਜੇ ਹੋ ਜਾਵੇ ਸੁਨਹਿਰੀ 골ਡਨ ਜਿਹਨੂੰ ਕਹਿੰਦੇ ਆ ਉਸ ਤਰੀਕੇ ਦੇ ਹੋ ਜਾਣ ਤੇ ਫਿਰ ਤੁਸੀਂ ਜਿਹੜਾ ਹੈ ਨਾ ਇਹਨਾਂ ਦੀ ਸਾਈਡ ਬਦਲ ਕੇ ਤੇ ਫੇਰ ਹੀ ਤੁਸੀਂ ਇਹਨਾਂ ਨੂੰ ਲਾਣਾ ਹੈ ਤੇ ਉਹਨੀ ਦੇਰ ਤੱਕ ਤੁਸੀਂ ਜ਼ਿਆਦਾ ਆਂਚ ਤੇਜ਼ ਨਹੀਂ ਕਰਨੀ ਅਗਰ ਤੇਜ਼ ਅਸੀਂ ਆਂਚ ਦੇ ਉੱਪਰ ਇਹਨੂੰ ਪਕਾਵਾਂਗੇ ਨਾ ਤੇ ਫਿਰ ਇਹਨਾਂ ਦੇ ਵਿੱਚੋਂ ਜਿਹੜਾ ਕੱਚੇ ਰਹਿ ਜਾਣਾ ਹੈ ਜਿਹੜਾ ਬ੍ਰੈਡ ਦਾ ਇਹਨਾਂ ਕ੍ਰਿਸਪੀ ਪੰਨੀ ਬੰਨਣਾ ਉਪਰੋਂ ਉਪਰੋਂ ਇਹਨਾਂ ਨੇ ਜਲੀ ਜਾਣਾ ਹੈ ਠੀਕ ਹੈ ਇਦਾਂ ਜੀ ਤੁਸੀਂ ਇਹਨੂੰ ਇਸੇ ਤਰੀਕੇ ਦੇ ਨਾਲ ਹੀ ਹਲਕੀ ਆਂਚ ਦੇ ਉੱਪਰ ਹੀ ਤੁਸੀਂ ਇਹਨੂੰ ਪਕਾਣਾ ਹੈ ਮਾਸ਼ੱਲਾਹ ਬਹੁਤ ਹੀ ਵਧੀਆ ਬੰਦੇ ਆ ਅਲਹਮਦੁਲਿਲਾ ਬਹੁਤ ਹੀ ਵਧੀਆ ਸਾਡੇ ਜੜੇ ਨਾ ਤਿਆਰ ਹੋਏ ਆ ਮੈਂ ਫਰਾਈ ਕਰਦੀ ਆ ਤੇ ਇਦਾਂ ਦਾ ਜਦੋਂ ਰੰਗ ਆ ਜਾਵੇ ਨਾ ਦੋਨਾਂ ਸਾਈਡਾਂ ਤੋਂ ਮਾਸ਼ੱਲਾਹ ਜੀ ਵਧੀਆ ਜਾ ਸਾਡਾ ਸੁਨਹਿਰੀ ਬਰਾਊਨ ਜਾ ਕ੍ਰਿਸਪੀ ਜਾ ਰੰਗ ਆ ਗਿਆ ਤੇ ਇਹਨਾਂ ਨੂੰ ਜੀ ਅਸੀਂ ਪਕਾ ਲਿਆ ਤੇ ਇਹਨਾਂ ਨੂੰ ਜੀ ਅਸੀਂ ਇਸ ਤਰੀਕੇ ਦੇ ਨਾਲ ਕੱਢ ਲਵਾਂਗੇ ਚੰਗੀ ਤਰ੍ਹਾਂ ਇਹਨਾਂ ਦਾ ਕਿਊ ਜਿਹੜਾ ਸੀ ਨਾ ਛੋੜ ਲੈਣਾ ਠੀਕ ਹੈ ਇਸ ਤਰ੍ਹਾਂ ਤੁਸੀਂ ਸਾਰੇ ਇੱਕ ਇੱਕ ਕਰਕੇ ਜਿਹੜਾ ਹੈ ਨਾ ਕੱਢ ਲੈਣਾ ਹੈ ਅਗਰ ਮਹਿਮਾਨ ਵੀ ਆਏ ਹੋਣ ਤੇ ਤੁਸੀਂ ਇਹ ਬਣਾਓ ਤੇ ਜ਼ਰੂਰ ਉਹਨਾਂ ਨੂੰ ਪਸੰਦ ਆਣਗੇ ਮਾਸ਼ਾਅੱਲਾ ਜੀ ਤੁਸੀਂ ਵੇਖ ਸਕਦੇ ਕਿੰਨੇ ਪਿਆਰੇ ਤੇ ਕਿੰਨੇ ਵਧੀਆ ਬਣੇ ਨੇ ਤੇ ਬਾਕੀ ਜਿਹੜੇ ਰਹਿ ਗਏ ਨੇ ਉਹ ਵੀ ਅਸੀਂ ਇਸੇ ਤਰ੍ਹਾਂ ਹੀ ਫਰਾਈ ਕਰ ਲਵਾਂਗੇ ਇਸੇ ਤਰ੍ਹਾਂ ਹੀ ਤਲ ਲਵਾਂਗੇ ਸਾਰਿਆਂ ਨੂੰ ਬਿਸਮਿਲਲਾਹਿ ਰਹਿਮਨ ਰਹੀਮ ਬੱਚਿਆਂ ਵਾਸਤੇ ਤੁਸੀਂ ਬਣਾ ਕੇ ਰੱਖੋ ਬੱਚਿਆਂ ਨੂੰ ਦੋ ਜਾਂ ਫਿਰ ਕੋਈ ਮਹਿਮਾਨ ਅਚਾਨਕ ਆ ਜਾਣ ਤਾਂ ਤੁਸੀਂ ਆਪਣੇ ਕਿਚਨ ਦੇ ਵਿੱਚੋਂ ਸਾਰੀਆਂ ਚੀਜ਼ਾਂ ਇਸਤੇਮਾਲ ਕਰਕੇ ਤਾਂ ਤੁਸੀਂ ਇਹ ਬਣਾ ਸਕਦੇ ਹੋ ਬਹੁਤ ਹੀ ਵਧੀਆ ਬੰਦੇ ਆ ਤੇ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਤੇ ਉਹ ਤਰੀਕਾ ਵੀ ਕੋਈ ਮੁਸ਼ਕਲ ਨਹੀਂ ਆਏਗਾ ਬਹੁਤ ਹੀ ਆਸਾਨ ਦੇ ਤਰੀਕੇ ਨਾਲ ਮਾਸ਼ਾਅੱਲਾ ਬਣ ਰਹੇ ਨੇ ਮਾਸ਼ਾਅੱਲਾ ਮੈਂ ਸਾਰੇ ਹੀ ਫਰਾਈ ਕਰਕੇ ਰੱਖ ਲੈਨੇ ਤੇ ਤੁਸੀਂ ਦੇਖੋ ਮਾਸ਼ਾਅੱਲਾ ਕਿੰਨੇ ਵਧੀਆ ਤੇ ਕਿੰਨੇ ਕ੍ਰਿਸਪੀ ਬਣੇ ਆ ਤੇ ਜ਼ਰਾ ਨਰਮ ਨਹੀਂ ਹੈਗੇ ਬਹੁਤ ਵਧੀਆ ਮਾਸ਼ਾਅੱਲਾ ਜੀ ਅਲਹਮਦੁਲਿਲਾ ਬਹੁਤ ਹੀ ਵਧੀਆ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਮਾਸ਼ਾਅੱਲ੍ਹਾ ਮੈਂ ਬਣਾਏ ਆ ਜੇ ਅਗਰ ਤੁਹਾਨੂੰ ਮੇਰੇ ਬਣਾ ਦਾ ਤਰੀਕਾ ਵਧੀਆ ਲੱਗਦਾ ਹੋਵੇ ਤੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੋਵੇ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਤੇ ਮੇਰੀ ਵੀਡੀਓ ਨੂੰ ਵੀ ਲਾਈਕ ਜ਼ਰੂਰ ਕਰਨਾ ਹੈ ਮੈਂ ਫਿਰ ਇੱਕ ਦਫਾ ਹਾਜ਼ਰ ਹੋਵਾਂਗੀ ਇੱਕ ਨਵੀਂ ਵੀਡੀਓ ਲੈ ਕੇ ਅੱਲਾ ਪਾਕ ਜੀ ਤੁਹਾਨੂੰ ਸਭ ਨੂੰ ਖੁਸ਼ ਰੱਖੇ ਆਬਾਦ ਰੱਖੇ ਆਪਣੇ ਘਰਾਂ ਵਿੱਚ ਵਸਦੇ ਰਹੋ ਅੱਲਾ ਪਾਕ ਤਾਲੀਆਂ ਸਭ ਦੀਆਂ ਖਵਾਇਸ਼ਾਂ ਨੂੰ ਪੂਰਾ ਕਰੇ ਅੱਲਾ ਹਰ ਇੱਕ ਦੀ ਜਾਇਜ਼ ਹਾਜਾਤ ਨੂੰ ਪੂਰਾ ਕਰੇ ਅੱਲਾ ਪਾਕ ਦਰ ਸਭ ਤੇ ਆਪਣੀ ਰਹਿਮਤਾਂ ਦਾ ਨਜ਼ੂਲ ਬਣਾਈ ਰੱਖੇ ਜੋ ਜੋ ਤੁਹਾਡੀਆਂ ਖਵਾਇਸ਼ਾਂ ਅੱਲਾ ਪਾਕ ਤੁਹਾਨੂੰ ਸਭ ਨੂੰ ਦਵੇ ਸਭ ਕੁਝ ਦਵੇ ਤੇ ਕਿਸੇ ਦਾ ਮੁਹਤਾਜ ਨਾ ਕਰੇ ਮੈਂ ਫਿਰ ਹਾਜ਼ਰ ਹੋਵਾਂਗੀ ਜੀ ਇੱਕ ਨਵੀਂ ਵੀਡੀਓ ਲੈ ਕੇ ਉਨੀ ਦੇਰ ਤੱਕ ਜੀ ਅੱਲਾ ਹਾਫਿਜ਼